ਰਵਿੰਦਰ ਸਿੰਘ ਗਰੇਵਾਲ ਰਵਿੰਦਰ ਸਿੰਘ ਬਹੁਤ ਸੋਹਣੀ ਦਸਤਾਰ ਧੰਨਵਾਦ ਵੀਰੇ ਪਰਿਵਾਰ ਚ ਕੌਣ ਕੌਣ ਜੀ ਮੰਮੀ ਪਾਪਾ ਮੈਂ ਮੰਮੀ ਜੀ ਪਾਪਾ ਜੀ ਬੇਬੇ ਬਾਪੂ ਮੈਂ ਜੀ ਜੀ ਤਾਂ ਲਾ ਲਿਆ ਕਰੋ ਯਾਰ ਕਿ ਨਹੀਂ ਚਲੋ ਮਰਜ਼ੀ ਕੀ ਸੁਣਾਓਗੇ ਮੁਹਾਵਰੇਦਾਰ ਵਾਰਤਾਲਾਪ ਜੋ ਪੰਜਾਬ ਯੂਨੀਵਰਸਿਟੀ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਦੇ ਲਈ ਗੱਲਾਂ ਬਾਤਾਂ ਦੇ ਵਿੱਚ ਮੁਹਾਵਰੇ ਐਡ ਕੀਤੇ ਗਏ ਮੁਹਾਵਰੇਦਾਰ ਵਾਰਤਾਲਾਪ ਉਹੀ ਸੁਣਾਵਾਂਗੇ ਸੋ ਤੁਹਾਨੂੰ ਦੱਸ ਦਈਏ ਜੀ ਪੰਜਾਬੀ ਭਾਸ਼ਾ ਦੇ ਵਿੱਚ ਜਿਵੇਂ ਅਖਾਣ ਹੁੰਦੇ ਨੇ ਉਵੇਂ ਮੁਹਾਵਰੇ ਵੀ ਹੁੰਦੇ ਨੇ ਇਹ ਬੱਚਿਆਂ ਦੇ ਵਿੱਚ ਅੱਜ ਕੱਲ੍ਹ ਨਹੀਂ ਰਿਹਾ ਰੁਝਾਨ ਮੁਹਾਵਰੇ ਵਾਰਤਾਲਾਪ ਦਾ ਪਰ ਇਹ ਜ਼ੋਨ ਇੰਟਰਜ਼ੋਨ ਜਿਹੜੇ ਮੁਕਾਬਲੇ ਹੁੰਦੇ ਨੇ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਵਿੱਚ ਇਹ ਕੰਪੀਟੀਸ਼ਨ ਬਾਈ ਨੇ ਲੜਿਆ ਹੋਇਆ ਹੈ ਨਾ ਜੀ ਬਾਈ ਤੁਸੀਂ ਦੋਵੇਂ ਗਏ ਸੀਗੇ ਸੋ ਇਹ ਚੀਜ਼ਾਂ ਅਸੀਂ ਭੁੱਲਦੇ ਜਾਂਦੇ ਹਾਂ ਮੁਹਾਵਰਿਆਂ ਦਾ ਹੁਣ ਯੂਜ਼ ਨਹੀਂ ਕਰਦੇ ਪੁਰਾਣੇ ਜਿਹੜੇ ਸਾਡੇ ਦਾਦੇ ਹੋਰੀ ਸੀਗੇ ਪੁਰਾਣੇ ਬਜ਼ੁਰਗ ਸੀਗੇ ਉਹ ਜਦੋਂ ਕਿਸੇ ਨੂੰ ਟੌਂਟ ਮਾਰਨਾ ਸੀ ਜਾਂ ਕੋਈ ਗੱਲ ਸਮਝਾਉਣੀ ਹੁੰਦੀ ਸੀ ਤਾਂ ਮੁਹਾਵਰੇ ਦੇ ਰਾਹੀਂ ਉਹ ਗੱਲ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਸੀਗੇ ਸੋ ਆਪਾਂ ਮੁਹਾਵਰੇ ਵਾਰਤਾਲਾਪ ਹੁਣ ਪੇਸ਼ ਕਰਦੇ ਹਾਂ ਸੋ ਬਾਈ ਹੋਰੀ ਬਹੁਤ ਵਧੀਆ ਸੁਣਾਓ ਜੀ ਨੀ ਭੈਣੇ ਕਿੱਥੇ ਰਹਿਣੀ ਅੱਜ ਕੱਲ ਤੂੰ ਤਾਂ ਈਦ ਦਾ ਚਾਨੀ ਹੋ ਗਈ ਵੀ ਕੀ ਦੱਸਾਂ ਮੁੱਲਾਂ ਦੀ ਦੌੜ ਮਸੀਤ ਤੱਕ ਇੱਥੇ ਮਰਨਾ ਹੋਰ ਸੁਣਾ ਪਿੰਡ ਦੀ ਕੋਈ ਨਵੀਂ ਤਾਜੀ ਭੈਣੇ ਮੈਂ ਸੁਣਿਆ ਐਤਕੀ ਗੱਜਣ ਫੇਰ ਸਰਪੰਚੀ ਦੀਆਂ ਵੋਟਾਂ ਖੜਾ ਹੋ ਰਿਹਾ ਵੀ ਗੱਜਣ ਦੀ ਤਾਂ ਉਹ ਗੱਲ ਆ ਜਾਤ ਦੀ ਕੋੜ ਕਿਰਲੀ ਸ਼ਤੀਰੀਆਂ ਨੂੰ ਜੱਫੇ ਭੈਣੇ ਜਦੋਂ ਨੱਥਾ ਸਰਪੰਚ ਸੀ ਚਾਰ ਚੰਨ ਲਾਤੇ ਹੀ ਪਿੰਡ ਨੂੰ ਕਿੱਥੇ ਨੱਥਾ ਸਰਪੰਚ ਕਿੱਥੇ ਗੱਜਣ ਇਹ ਤਾਂ ਉਹ ਗੱਲ ਹੋ ਗਈ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਮੈਂ ਗੱਜਣ ਵੀ ਘੱਟ ਨਹੀਂ ਅੱਡੀ ਚੋਟੀ ਦਾ ਜ਼ੋਰ ਲਾਓ ਜਿੱਤਣ ਵਾਸਤੇ ਸਾਰੇ ਉਪਰਾਲੇ ਕਰੂ ਉਹ ਆ ਜਿਹੜੇ ਪਖੰਡੀ ਸਾਹ ਦਾ ਡੇਰਾ ਪਿੰਡੋਂ ਬਾਹਰ ਨਹੀਂ ਸੀ ਕਰਦਾ ਆਹੋ ਭੈਣੇ ਗੱਜਣ ਦੀ ਬਹੂ ਉੱਥੇ ਲੁੱਕ ਲੁੱਕ ਮੱਥੇ ਟੇਕਦੀ ਆ ਆਖਰੂ ਆ ਬਣਾ ਜਾਂਦੀ ਸਹੁਰੇ ਲੋਕਾਂ ਨੂੰ ਮੱਤਾਂ ਦੇ ਮੈਂ ਗੱਜਣ ਦੇ ਟੱਬਰ ਦਾ ਤਾਂ ਆਵਾਈ ਉੱਤੇ ਆ ਪਿਆ ਆ ਭੈਣੇ ਗੱਜਣ ਦਾ ਮੁੰਡਾ ਕਿਹੜਾ ਘੱਟ ਆ ਜੇ ਇਹੋ ਜੀ ਕੋਕੋ ਇਹੋ ਜੀ ਕੋਕੋ ਦੇ ਬੱਚੇ ਆ ਰਾਤ ਵਿਹੜੇ ਵਾਲਿਆਂ ਨੂੰ ਦਾਰੂ ਬਣਦਾ ਫਿਰਦਾ ਸੀ ਅਖੇ ਵੋਟਾਂ ਸਾਨੂੰ ਪਾਇਓ ਮਾੜਾ ਨੱਥੇ ਨੂੰ ਬੋਲਦੇ ਆ ਨਾਲੇ ਚੋਰ ਨਾਲੇ ਚਤਰਾਈਆਂ ਵੀ ਗੱਜਣ ਦਾ ਮੁੰਡਾ ਆਪ ਤਾਂ ਨਸ਼ੇ ਕਰਦਾ ਹੀ ਸੀ ਆ ਸਾਰੇ ਪਿੰਡ ਦੇ ਨੌਜਵਾਨ ਮੁੰਡੇ ਨਸ਼ੇ ਤੇ ਲਾਤੇ ਜਿਵੇਂ ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਆ ਭੈਣੇ ਗੱਜਣ ਦੇ ਮੁੰਡੇ ਦੇ ਤਾਂ ਨੱਕ ਚ ਨਕੇਲ ਪਾਉਣੀ ਪਊ ਵੀ ਵੀਰਾ ਅਸਮਾਨ ਤੇ ਥੁੱਕਿਆ ਮੂੰਹ ਤੇ ਪੈਂਦਾ ਵਾ ਆ ਭੈਣੇ ਪਿੰਡ ਦੀ ਸਾਰੀ ਵਿਹਲਣ ਮੜੀਰ ਖਾਣ ਪੀਣ ਨੂੰ ਗੱਜਣ ਮਗਰ ਆ ਅਖੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਵੀ ਵੀਰਾ ਪਿੰਡ ਵਾਲਿਆਂ ਦਾ ਕੀ ਰੋਖਿਆ ਨੀ ਭੈਣੇ ਸੁਣ ਚ ਆਉਂਦਾ ਸਾਰੇ ਮੋਹਤਵਾਰ ਬੰਦੇ ਇਸ ਵਾਰੀ ਗੱਜਣ ਨਾਲ ਆ ਬਾਕੀ ਲੋਕਾਂ ਦਾ ਕੀ ਪਤਾ ਸਾਈਆਂ ਕਿਤੇ ਵਧਾਈਆਂ ਕਿਤੇ ਗੱਲ ਤਾਂ ਤੇਰੀ ਠੀਕ ਹੈ ਲੋਕ ਤਾਂ ਇਕੱਠੇ ਉਹ ਗੱਲਾਂ ਕਰਦੇ ਆ ਦੇਖ ਲਈ ਜ਼ਰੂਰ ਦਾਲ ਚ ਕੁਝ ਕਾਲਾ ਤੂੰ ਆ ਭੈਣੇ ਗੱਜਣ ਦੇ ਨਿੱਕੇ ਦੀ ਗੱਲ ਸੁਣ ਲਾ ਉਹ ਕਮਲੇ ਜੇ ਦੀ ਓਏ ਆਹੋ ਬੜੀਆਂ ਗੱਲਾਂ ਉੜਦੀਆਂ ਉਹਨੂੰ ਅੱਜ ਕੱਲ ਸੱਥਾਂ ਖੜ ਖੜ ਲੈਚ ਕਰ ਦਿੰਦਾ ਫਿਰਦਾ ਕਿ ਗੱਜਣ ਨੂੰ ਕੋਈ ਹਰਾ ਨਹੀਂ ਸਕਦਾ ਵੀ ਵੀਰਾ ਉਹ ਕਮਲੇ ਜੇ ਦੀ ਕੌਣ ਸੁਣੂ ਨੀ ਭੈਣੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆੜੇ ਲੋਕੀ ਖੜ ਖੜ ਸੁਣਦੇ ਆ ਹਾਂ ਵੀਰਾ ਚੱਲ ਚੰਗਾ ਵੀਰਾ ਸਤਿ ਸ਼੍ਰੀ ਅਕਾਲ ਚੰਗਾ ਭੈਣੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮੁਹਾਵਰਿਆਂ ਦੇ ਰਾਹੀਂ ਗੱਲਾਂ ਹੋਈਆਂ ਈਦ ਦਾ ਚੰਨ ਹੋਣਾ ਜਿਹਦੇ ਕਹਿੰਦੇ ਕਮਲੇ ਜਿਹਦੇ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਬਹੁਤ ਤੁਸੀਂ ਮੁਹਾਵਰੇ ਪੇਸ਼ ਕੀਤੇ ਅਤੇ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਲ ਲੋਟੀਆ ਕਾਲਜ ਦੀ ਵਿਦਿਆਰਥਣ ਹਰਕੀਰਤ ਕੌਰ ਮੈਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਦੇਣਾ ਚਾਹੁੰਦੀ ਹਾਂ ਸਮੂਹ ਸੰਗਤ ਸਾਰਿਆਂ ਨੂੰ ਸਾਰੇ ਧਰਮਾਂ ਨੂੰ ਸਾਰਿਆਂ ਨੂੰ ਮਤਲਬ ਲੱਖ ਲੱਖ ਵਧਾਈਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਆਪਣੇ ਸਾਰਿਆਂ ਦੇ ਸਾਂਝੇ ਗੁਰੂ ਨੇ ਸੋ ਤਾਂ ਕਰਕੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਭੈਣ ਨੇ ਸੋ 550 ਦਿਵਸ ਅਸੀਂ ਮਨਾ ਰਹੇ ਹਾਂ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਜਿਹੜੀ ਫਿਲੋਸਫੀ ਸੀ ਉਹਨਾਂ ਨੇ ਜਿਹੜੇ ਸਾਨੂੰ ਸਿੱਖਿਆ ਦਿੱਤੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਉਹਨਾਂ ਦੇ ਉੱਤੇ ਸਾਨੂੰ ਤੁਰਨਾ ਚਾਹੀਦਾ ਉਹਨਾਂ ਦੇ ਦਿਖਾਏ ਹੋਏ ਰਾਗ ਜਿਹੜਾ ਰਾਹ ਉਹਨਾਂ ਨੇ ਦਿਖਾਇਆ ਉੱਤੇ ਸਾਨੂੰ ਚੱਲਣਾ ਚਾਹੀਦਾ ਸੋ ਬਾਬੇ ਨਾਨਕ ਦਾ ਦਿਵਸ ਅਸੀਂ ਮਨਾ ਰਹੇ ਹਾਂ ਸੁਲਤਾਨਪੁਰ ਲੋਧੀ ਵੀ ਜ਼ਰੂਰ ਦਰਸ਼ਨ ਕਰਨ ਜਾਇਓ ਅਤੇ ਬਾਕੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਉਹ ਸਮੂਹ ਸੰਗਤ ਨੂੰ ਕਿਉਂਕਿ ਅਸੀਂ ਅਰਦਾਸ ਕਰਦੇ ਹੁੰਦੇ ਸੀਗੇ ਬਈ ਉਹ ਲਾਂਘਾ ਖੁੱਲ੍ਹੇ ਸੋ ਉਹ ਪਰਮਾਤਮਾ ਕਰਕੇ ਹੀ ਇਹ ਚੀਜ਼ ਚੜ੍ਹੀ ਹੈ ਸਿਰੇ ਚੜ੍ਹੀ ਹੈ ਸੋ ਆਪਾਂ ਸਾਰਿਆਂ ਨੂੰ ਉੱਥੇ ਮੱਥਾ ਟੇਕਣਾ ਚਾਹੀਦਾ ਸੋ ਬਾਬਾ ਨਾਨਕ ਸਭ ਤੇ ਭਲੀ ਕਰੇ ਥੈਂਕ ਯੂ ਸੋ ਮਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਥੈਂਕ ਯੂ ਸੋ ਮਚ ਭੈਣ ਥੈਂਕ ਯੂ ਜੀ ਥੈਂਕ ਯੂ